ਦੂਸਰੀ ਕਲਾਸ ਲੈਣੀ ਹੈ, ਆਪਣਾ ਭਾਬੀ ਜੀ ਰੋਮਾ ਵਾਲੇ ਤੁਸੀਂ ਦੂਸਰੀ ਕਲਾਸ ਲੈਣੀ ਹੈ, ਆਪਣਾ ਅਲੀ, ਆਪਣਾ ਅਦੀਲ ਅਬਾਸ, ਆਪਣਾ ਕਾਸਿਮ ਭਾਈ ਤੁਸੀਂ ਦੂਸਰੀ ਕਲਾਸ ਲੈਣੀ ਹੈ, ਠੀਕ ਹੈ। ਅਸੀਂ ਹੈਗੇ ਹਾਂ, ਇਹ ਹੈਗਾ ਵੈ 837 ਨੰਬਰ ਪੇਜ, 22 ਨੰਬਰ ਚੈਪਟਰ ਹੈ, ਠੀਕ ਹੈ। ਆ ਗਏ ਸਾਰੇ, 837 ਨੰਬਰ ਪੇਜ, 22 ਨੰਬਰ ਚੈਪਟਰ ਹੈ। ਕਹਿੰਦੇ ਨੇ ਪਰਤੂਨ ਹੈ, ਮੁਨਾਸਬ ਹੈ, ਨਹੀਂ ਇਹਦੇ ਕੁਐਸਚਨ ਨਹੀਂ ਪੜ੍ਹਨੇ, ਥਿਊਰੀ ਪੜ੍ਹਨੀ ਹੈ। ਕਾਸਿਮ, ਆਪਣਾ ਉਸਮਾਨ ਭਾਈ, ਉਸਮਾਨ ਸਾਹਿਬ, ਐਸ ਨੂੰ ਕਲਿੱਕ ਨਹੀਂ ਕਰਨਾ, ਐਚ ਨੂੰ ਕਲਿੱਕ ਕਰਨਾ, ਠੀਕ ਹੈ। 837 ਨੰਬਰ ਪੇਜ ਹੈ, ਉਸਮਾਨ ਹੈ ਵੇ, ਉਸਮਾਨ ਮਾਈਕ ਔਨ ਕਰੋ, ਹੈ ਤੇ ਉਸਮਾਨ ਭਾਈ, ਐਚ ਨੂੰ ਕਲਿੱਕ ਕਰਨਾ, ਐਚ ਹੋਰਸ ਵਾਲਾ, ਹੋਮ ਵਾਲਾ ਐਚ, ਠੀਕ ਹੈ, ਐਚ ਨੂੰ ਕਲਿੱਕ ਕਰੋ, ਇਹ ਤਾਂ ਥਿਊਰੀ ਸੁਝਿਆ ਨਹੀਂ, ਮਿਹਨਤ ਨਿਕਲ ਆਏਗੀ। ਕਹਿੰਦੇ ਨੇ ਇਹ ਪਰਤੂਨ ਮੁਨਾਸਬ ਹੈ, 837 ਨੰਬਰ ਪੇਜ, 22 ਨੰਬਰ ਚੈਪਟਰ, ਪਰ ਇਹ ਕੰਦੂਚੈਨ ਤੇ ਡਰਾਈਵਰ ਦੇ ਲਈ ਕਿ ਅਕੋਜ਼ ਹੈ, ਅਕੂਜ਼ਾ ਅਵੇਰਤਾ ਸੈਨੀ ਦੀ ਸੰਕੇਜ਼ਾ, ਜੋ ਕਿ ਫੀਲ ਹੋਵੇ, ਮਹਿਸੂਸ ਹੋਵੇ, ਸਾਈਨ ਸੰਕੇਤ ਥਕਾਵਟ ਦੇ, ਰਿਦੂਰੇ ਲਵਰੋਚੀ ਦਾ ਉਹ ਗਤੀ ਘੱਟ ਕਰੇ, ਸਪੀਡ ਘੱਟ ਕਰੇ, ਰਿਦੂਰੇ ਦਾ ਘੱਟ ਕਰਨਾ, ਇਸ ਪੁਸਤਾਰ ਸੀ, ਉਸ ਪੁਸਤਾਰੇ ਹੋਵੇ, ਵੈਰਸੋਲ ਮਾਰਜੀ ਨੇ ਦੈਸਰਾ, ਔਰ ਮਾਰਜੀ ਨੇ ਕਿਨਾਰੇ ਤੇ ਸੱਜੇ ਤੇ ਪੁਸਤਾਰੇ ਹੋਵੇ, ਫਿਰ ਰਿਜੁੰਜੇਰੇ ਲਾ ਪ੍ਰੀਮਾ ਪਿਆਜ਼ੋਲਾ ਦੀ ਸੁਸਤਾ, ਵੀ ਪਹੁੰਚਣ ਲਈ ਪਹਿਲੇ ਪਿਆਜ਼ੋਲਾ ਸੁਸਤਾ, ਤੇ ਇਹ ਰਿਪੋਜ਼ਾਰੇ ਔਰ ਰਿਪੋਜ਼ਾਰੇ ਕਰੇ ਸਾਈਲ ਹੋਵੇ, ਠੀਕ ਹੈ, ਫਰੈਸ਼ ਹੋਵੇ। 30 ਨੰਬਰ ਅੱਗੇ ਆ ਜਾਓ, ਕਹਿੰਦੇ ਨੇ ਲਾ ਇਜਿਓਨਿਤਾ ਲਗਵੀਦਾ, ਜਿਹੜੀ ਕਾਬਲੀਅਤ ਡਰਾਈਵ ਕਰਨ ਦੀ, ਪੋਐਸਰੇ ਕੰਪਰੋਮੇਸਾ, ਪੋਐਸਰੇ ਹੋ ਸਕਦਾ ਹੈ, ਕੰਪਰੋਮੇਸਾ ਰਿਸਕ ਵਿੱਚ ਪੈ ਜਾਏ, ਸੇ ਸੀਫਾ ਊਜ਼ੋ, ਜੇ ਤੁਸੀਂ ਇਸਤੇਮਾਲ ਕਰਦੇ ਹੋ, ਪ੍ਰਯੋਗ ਕਰਦੇ ਹੋ, ਦੀ ਦਰੋਗ ਡਰੱਗਸ ਨੇ, ਇਲਚਿੰਗਿਓਨੀ, ਇਹ ਕਈ ਕਿਸਮ ਦੀ ਡਰੱਗਸ ਆਉਂਦੀਆਂ ਇਹਦੇ ਵਿੱਚ, ਇਰੋਨਾ, ਕੋਕੇਨਾ, ਐਲ ਐਸ ਡੀ, ਅਫਤਮੀਨਾ, ਹਸ਼ੀਸ਼, ਮਾਰੀਵਾਨਾ, ਇਸਾਸੇ, ਇਹ ਸਾਰੀਆਂ ਜਿਹੜੀਆਂ ਨੇ ਡਰੱਗਸ ਦੀਆਂ ਕਿਸਮਾਂ ਨੇ, ਇਹ ਜੇ ਵੀ ਕਿਸਮ ਦੀ ਜੇ ਤੁਸੀਂ ਕੋਈ ਡਰੱਗਸ ਯੂਜ਼ ਕਰੋਗੇ, ਕੰਪਰੋਮਾਈਜ਼ ਆ, ਰਿਸਕ ਵਿੱਚ ਪੈ ਸਕਦੀ ਹੈ, ਇਦਿਓਨਿਤਾ ਲੱਗ ਵੀ ਦਾ ਤੁਹਾਡੀ ਡਰਾਈਵ ਕਰਨ ਦੀ ਕਾਬਲੀਅਤ, ਬਹੁਤ ਕੁਐਸਚਨ ਹੈ, ਛੋਟੀ ਜਿਹੀ ਥਿਊਰੀ ਹੈ। ਬੇਵੈਂਦੋ ਅਲਕੋਹਲਿਕੋ, ਜੇ ਤੁਸੀਂ ਅਲਕੋਹਲ ਪੀਂਦੇ ਹੋ, ਤੁਹਾਡੀ ਕਾਬਲੀਅਤ ਡਰਾਈਵ ਕਰਨ ਦੀ ਰਿਸਕ ਵੀ ਪੈ ਸਕਦੀ ਹੈ। ਫਾਰਮੈਚਿਡ ਐਂਟੀ ਡਿਪਰੈਸਿਵ, ਐਂਟੀ ਡਿਪਰੈਸਿਵ ਡਿਪਰੈਸ਼ਨ ਖਤਮ ਕਰਨ ਵਾਲੀ ਜੇ ਤੁਸੀਂ ਮੈਡੀਸਨ ਲਵੋਗੇ, ਅਲਕੋਹਲੀ ਫਾਰਮੈਚੀ ਸੇ ਦਿੱਤੀ ਵੀ, ਔਰ ਕੁਝ ਕਿਸਮ ਦੀਆਂ ਫਾਰਮੈਚੀ ਸੇ ਦਿੱਤੀ ਵੀ, ਜਿਹਨਾਂ ਵਿੱਚ ਨਸ਼ਾ ਨਸ਼ਾ ਨਸ਼ੇਲੇ ਵਾਲਾ ਨਸ਼ੇ ਵਾਲਾ ਮਵਾਦ ਹੁੰਦਾ ਹੈ, ਉਹ ਜੇ ਤੁਸੀਂ ਯੂਜ਼ ਕਰੋ ਤਾਂ ਤੁਹਾਡੀ ਇਦਿਓਨਤਾ ਲਗਵੀ ਦਾ, ਜਿਹੜੀ ਕਾਬਲੀਅਤ ਡਰਾਈਵ ਕਰਨ ਦੀ, ਉਹ ਇਸ ਤਰ੍ਹਾਂ ਕੰਪਰੋਮਾਈਜ਼ ਦਾ ਰਿਸਕ ਵਿੱਚ ਪੈ ਸਕਦੀ ਹੈ, ਠੀਕ ਹੈ। ਅੱਗੇ ਆ ਜਾਓ, 39, ਕਹਿੰਦੇ ਨੇ ਲਾ ਅਸੈਂਸ਼ੀਓਨ ਦੀ ਅਲਕੋਹਲ, ਜੇ ਅਸੈਂਸ਼ੀਓਨ ਹੁੰਦਾ ਹੈ ਖਿਦਮਾਤ ਅਸਰ ਕਰਨਾ, ਯੂਜ਼ ਕਰਨਾ, ਇਸਤੇਮਾਲ ਕਰਨਾ, ਕਹਿ ਸਕਦੇ ਤੁਸੀਂ, ਦੀ ਅਲਕੋਹਲ, ਜੇ ਤੁਸੀਂ ਖਿਦਮਾਤ ਅਸਰ ਕਰਦੇ ਹੋ ਅਲਕੋਹਲ ਦੀ, ਰਹਿੰਦੇ ਇਹ ਬਣਾਉਂਦਾ ਵੈ ਮੈਨੂੰ ਸਿਕਿਓਰੋ ਸਿਕਿਊਰਾ ਲਾਗਵੀ ਦਾ, ਇਹ ਘੱਟ ਸਿਕਿਓਰ ਡਰਾਈਵ ਬਣਾਉਂਦਾ, ਤੁਹਾਡੀ ਕੀ ਕਰਦਾ ਇਹ, ਘੱਟ ਸਿਕਿਓਰ ਡਰਾਈਵ ਬਣਾਉਂਦਾ। ਪੋਈ ਕੇ ਪੋ ਪ੍ਰੋਵੇਕਾਰ ਨੇ, ਇਹਦੇ ਤੋਂ ਇਲਾਵਾ ਕਿ ਵਜ੍ਹਾ ਬਣ ਸਕਦਾ ਹੈ, ਐਚਿਤਾਸ਼ਿਓ ਨੇ ਐਦ ਫਿਓਇਆ, ਇਹ ਮੁਮਕਿਨ ਹੈ, ਇਹਦੇ ਤੋਂ ਇਲਾਵਾ ਇਹ ਵਜ੍ਹਾ ਬਣ ਸਕਦਾ ਹੈ, ਤੁਹਾਨੂੰ ਹੌਸਲਾ ਅਫਜ਼ਾਈ ਕਰੇ, ਜਿਹਦੇ ਨਤੀਜੇ ਵਿੱਚ ਕੌਣ ਕੌਣ ਸਿਕਵੈਂਸ ਹੈ, ਇਹਦੇ ਨਤੀਜੇ ਵਿੱਚ ਸੋਤੋ ਬੋਲਿਓਤਾਸ਼ਿਓ ਨੇ, ਤੁਸੀਂ ਅੰਡਰ ਐਸਟੀਮੇਟ ਕਰੋ ਦੈਲ ਪੈਰੀਕਲੋ, ਯਾਨੀ ਕਿ ਤੁਹਾਨੂੰ ਇਹ ਹੌਸਲਾ ਅਫਜ਼ਾਈ ਕਰੇਗਾ, ਹੱਲਾਸ਼ੇਰੀ ਦੇਗਾ, ਜਿਹੜਾ ਜੇ ਤੁਸੀਂ ਅਲਕੋਹਲ ਵਗੈਰਾ ਪੀਂਦੇ ਹੋ, ਤੇ ਇਹਦੇ ਨਤੀਜੇ ਵਿੱਚ ਕੌਣ ਕੌਣ ਸਿਕਵੈਂਸ ਹੈ, ਇਹਦੇ ਕੌਨਸੀਕੁਐਂਸ ਜਿਹੜੇ ਨੇ, ਇਹਦੇ ਨਤੀਜੇ ਜਿਹੜੇ ਨੇ, ਸੋਤੋ ਬੋਲਿਓਤਾਸ਼ਿਓ ਨੇ ਅੰਡਰ ਐਸਟੀਮੇਟ ਕਰੋ ਦੈਲ ਪੈਰੀਕਲੋ, ਅੰਡਰ ਐਸਟੀਮੇਟ ਕਰ ਸਕਦੇ ਹੋ ਖਤਰੇ ਨੂੰ। ਇਹ ਨਾਲ ਤਾਂ ਹੋ ਸਕਦਾ, ਇਹਦੇ ਤੋਂ ਇਲਾਵਾ ਡਿਮਿਨੁਆਰ ਘੱਟ ਜਾ ਲਾ ਕਪੈਚੀਦਾ ਦੀ ਕੋਨਸੈਂਟਰੇਸ਼ਨ ਹੈ, ਕੋਨਸੈਂਟਰੇਸ਼ਨ ਹੁੰਦੇ ਕੋਨਸੈਂਟਰੇਸ਼ਨ ਦੀ ਕਪੈਸਿਟੀ, ਕੋਨਸੈਂਟਰੇਸ਼ਨ ਦੀ ਕਾਬਲੀਅਤ, ਠੀਕ ਹੈ, ਡਿਮਿਨੁਏ ਘੱਟ ਜਾਏ, ਔਰ ਹੋ ਸਕਦਾ ਇਹਦੇ ਤੋਂ ਇਲਾਵਾ ਘੱਟ ਜਾਵੇ ਕੋਨਸੈਂਟਰੇਸ਼ਨ ਦੀ ਕਾਬਲੀਅਤ, ਅਟੈਂਸ਼ਨ ਅਟੈਂਸ਼ਨ ਘੱਟ ਜਾਵੇ, ਅਟੈਂਸ਼ਨ ਉਹ ਵੈਲਿਊ ਹੁੰਦੀ ਹੈ ਜਿਹੜੀ ਤੁਸੀਂ ਇੱਕ ਫਟ ਕੋਈ ਖਤਰਾ ਦੇਖਦੇ ਹੋ, ਤੇ ਅਟੈਂਸ਼ਨ ਤੁਹਾਡੀ ਵੈਲਿਊ ਜਿਹੜੀ ਹੈ, ਅਟੈਂਸ਼ਨ ਜਿਹੜੀ ਹੈ ਉਹਦੀ ਬਦੌਲਤ, ਜਿੱਦੇ ਤੁਸੀਂ ਅਟੈਂਸ਼ਨ ਵਿੱਚ ਹੋ, ਜਿੱਦੀ ਤੁਹਾਡੀ ਅਟੈਂਸ਼ਨ ਵਧੀ ਹੈ, ਕੋਨਸੈਂਟਰੇਸ਼ਨ ਵਧੀ ਹੈ, ਉਹਦੇ ਬਦੌਲਤ ਹੀ ਤੁਸੀਂ ਰਿਐਕਸ਼ਨ ਵਧੀਆ ਦਿਓਗੇ, ਠੀਕ ਹੈ। ਮੁਮਕਿਨ ਹੈ ਤੁਹਾਡਾ ਅਟੈਂਸ਼ਨ ਘੱਟ ਜਾਏ, ਇਹ ਰਿਲੰਤ ਰਿਫਲੈਸ ਸੀ, ਉਹ ਰਿਲੰਤ ਰਿਫਲੈਸ ਸੀ, ਤੁਹਾਡਾ ਹਸ਼ਾਸ ਵਿਸ਼ਾਸ ਚੁਸਤ ਚ ਬੰਦ ਹੋਣਾ ਘੱਟ ਜਾਵੇ ਘੱਟ ਜਾਏ, ਪ੍ਰੋਦੂਰੇ ਸੋਨੋਲੈਂਜ਼ਾ, ਔਰ ਸੁਸਤੀ ਨਮੂਸਤੀ ਜਾਂ ਗਨੂਦਗੀ ਪ੍ਰੋਡਿਊਸ ਹੋਵੇ ਬਣੇ ਅਲਕੋਹਲ ਦੀ ਵਜ੍ਹਾ ਨਾਲ, ਠੀਕ ਹੈ। ਨੈਚਸਾਰੀ ਅੱਕੇ
Trascorre alcune ore, l'ora è se che cugge cante langiana, affine che una conducente giadge il driver che abbia assunto una quantità eccessiva, gine che il hassel gitte il quantità matra mikdar eccessiva ziada. Kena lasmi cugge cante langiana, je che se il conducente ne abbia assunto gine che lea il quantità mikdar matra eccessiva ziada. Ik di bevendo alcolico. ਜਿਹਨੇ ਕਿ ਕੁਝ ਅਲਕੋਹਲ ਦੀ ਜ਼ਿਆਦਾ ਮਿਕਦਾਰ ਜਿਹਨੇ ਯੂਜ਼ ਕੀਤੀ ਹੈ ਨਾ ਉਹਦੇ ਲਾਜ਼ਮੀ ਹੈ ਕਿ ਕੁਝ ਘੰਟੇ ਲੰਘ ਜਾਵਣ ਰਿਕੁਪੇਰੇ ਪੇਰੀ ਲਾ ਇਦਿਓਂਤਾ ਲਗਵੀਦਾ ਔਰ ਰਿਕਵਰ ਕਰ ਲਵੇ ਆਪਣੀ ਕਾਬਲੀਅਤ ਡਰਾਈਵ ਕਰਨ ਦੀ ਠੀਕ ਹੈ ਇਹ ਕੁਝ ਘੰਟੇ ਨੂੰ ਚਾਹੀਦਾ ਰੈਸਟ ਕਰੇ ਪੇਚੇ ਸੇ ਹਾ ਅਸੰਤੋ ਅਸੁੰਤੋ ਅਨ ਕੇ ਦੀ ਦਫਰ ਮੇ ਅੱਛੀ ਭਾਵੇਂ ਉਹਨੇ ਕੋਈ ਦਵਾਈ ਵਗੈਰਾ ਵੀ ਲੈ ਲਈ ਹੈ ਮੈਡੀਸਨ ਵੀ ਲੈ ਲਈ ਹੈ ਫਿਰ ਵੀ ਕੁਝ ਘੰਟੇ ਲੰਘਣੇ ਜ਼ਰੂਰੀ ਨੇ ਠੀਕ ਹੈ ਜੇ ਤੁਸੀਂ ਅਲਕੋਹਲ ਪੀ ਲਈ ਜ਼ਿਆਦਾ ਕਿਉਂਕਿ ਗਵੀਦਾ ਸਾਤੋ ਦੀ ਐਬਰੇਜ਼ਾ ਜਿਹੜਾ ਕਿ ਡਰਾਈਵ ਕਰਦਾ ਹੈ ਅਲਕੋਹਲ ਪੀ ਕੇ ਅਲਕੋਹਲ ਰਿਸਕ ਆ ਉਹਦਾ ਰਿਸਕ ਹੈ ਉਹਨੂੰ ਅਲਤਰਿਆ ਮੂਲਤਾ ਮੂਲਤਾ ਤਾਂ ਉਹਨੂੰ ਹੋਵੇਗਾ ਹੀ ਮੂਲਤਾ ਤਾਂ ਨਾਰਮਲ ਹੈ ਉਹਨੂੰ ਠੀਕ ਹੈ ਅਨ ਕੇ ਲਾ ਅਰੈਸਟੋ ਉਹਨੂੰ ਅਰੈਸਟ ਵੀ ਹੋ ਸਕਦਾ ਉਹ ਠੀਕ ਹੈ ਜੇਲ੍ਹ ਵੀ ਡੱਕ ਸਕਦੇ ਨੇ ਉਹਨੂੰ ਮੂਲਤਾ ਤਾਂ ਹੋਵੇਗਾ ਅਰੈਸਟ ਵੀ ਹੋ ਸਕਦਾ ਉਹਦੇ ਤੋਂ ਇਲਾਵਾ ਹੋਰ ਵੀ ਸਜ਼ਾਵਾਂ ਨੇ ਜਿਵੇਂ ਕਿ ਤੁਹਾਡਾ ਜੇ ਤੁਸੀਂ ਅਲਕੋਹਲ ਪੀ ਗੱਡੀ ਚਲਾਉਂਦੇ ਤੁਹਾਡਾ ਰੀਤੀ ਰਾਹ ਦੇ ਦਲਪਤਨ ਤੇ ਹੋ ਜਾਂਦਾ ਹੈ ਰਿਵਿਜ਼ੀਓ ਦੇ ਦਲਪਤਨ ਤੇ ਹੋ ਸਕਦਾ ਤੁਹਾਡਾ ਸਸਪੈਂਸ਼ਨ ਦੇ ਦਲਪਤਨ ਤੇ ਹੋ ਸਕਦਾ ਤੁਹਾਡਾ ਠੀਕ ਹੈ ਮੁਲਤਾ ਕੀ ਦੱਸਦਾ ਜੁਰਮਾਨਾ ਜੁਰਮਾਨਾ ਠੀਕ ਹੈ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ 40 ਬਰਾਬਰ ਬਰਾਬਰ ਸ਼ਾਬ 43 ਨੰਬਰ 43 ਨੰਬਰ 843 ਨੰਬਰ ਪੇਜ ਆ ਜਾਓ ਠੀਕ ਹੈ ਐਲੀਮੈਂਟੇਸ਼ਨ ਪਹਿਚਾਣ ਤੇ ਐਡ ਐਚ ਸੀ ਵਾ ਐਲੀਮੈਂਟੇਸ਼ਨ ਪਹਿਚਾਣ ਤੇ ਐਚ ਸੀ ਵਾ ਕੀ ਹੁੰਦੀ ਹੈ ਜੇ ਤੁਸੀਂ ਬਹੁਤ ਜ਼ਿਆਦਾ ਐਲੀਮੈਂਟੇਸ਼ਨ ਸਪਲਾਈ ਜਾਂ ਖਾਣ ਪੀਣ ਬਹੁਤ ਜ਼ਿਆਦਾ ਕਰ ਲਿਆ ਸਿੰਪਲ ਅਸਾਂ ਵੀ ਠੀਕ ਹੈ ਐਸ ਕੌਂਸਲਿਆ ਦਾ ਕੌਂਸਲਿਆ ਤਾਂ ਹੁੰਦਾ ਸਲਾਹ ਦੇਣਾ ਵੀ ਇੱਦਾਂ ਕਰੋ ਸੇ ਕੌਂਸਲਿਆ ਤਾਂ ਜੇ ਐਸ ਲੱਗ ਜਾਏ ਕੌਂਸਲਿਆ ਤਾਂ ਅੱਗੇ ਵੀ ਫਿਰ ਸਲਾਹ ਦਿੰਦੇ ਨੇ ਵੀ ਇਹ ਕੰਮ ਨਾ ਕਰੋ ਠੀਕ ਹੈ ਜੇ ਤੁਸੀਂ ਐਲੀਮੈਂਟੇਸ਼ਨ ਜ਼ਿਆਦਾ ਕਰ ਲਿਆ ਖਾ ਪੀ ਜ਼ਿਆਦਾ ਲਿਆ ਸਕੁੰਸ ਲਿਆ ਤਾਂ ਪਰ ਕੀ ਦਵਿਗਵੀ ਦੁਆਰੇ ਵੀ ਤੁਹਾਨੂੰ ਸਲਾਹ ਦਿੰਦੇ ਤੁਸੀਂ ਡਰਾਈਵ ਨਾ ਕਰੋ ਕਿਉਂ ਨਾ ਡਰਾਈਵ ਕਰੋ ਲਿਆ ਡਿਫੀਚੀ ਲੱਗਦੀ ਜਸ਼ਿਓਨ ਡਾਈਜੈਸਟ ਕਰਨਾ ਮੁਸ਼ਕਲ ਹੁੰਦਾ ਪ੍ਰੋਵੇਕਾਰ ਨੇ ਇਹ ਵਜ੍ਹਾ ਬਣ ਸਕਦੇ ਜੀ ਇਨਫਾਤੀ ਕੀਕ ਦੇ ਵਿੱਚ ਉਹਨਾਂ ਦੀ ਮਿਨਸ਼ਿਓਨ ਦਲ ਅਟੈਂਸ਼ਿਓਨ ਇੱਕ ਤੁਹਾਡੀ ਅਟੈਂਸ਼ਨ ਇਹਦੇ ਨਾਲ ਘੱਟ ਹੋ ਸਕਦੀ ਹੈ ਇਹ ਉਹਨਾਂ ਮਿਹਨਤਾਂ ਦੇ ਟੈਂਪੋ ਦੀ ਰਿਐਕਸ਼ਨ ਹੈ ਔਰ ਇੱਕ ਰਿਐਕਸ਼ਨ ਦਾ ਟਾਈਮ ਵੀ ਵੱਧ ਸਕਦੇ ਇਹਦੇ ਨਾਲ ਠੀਕ ਹੈ ਇਹਦੇ ਨਾਲ ਰਿਐਕਸ਼ਨ ਦਾ ਟਾਈਮ ਵੀ ਵੱਧ ਸਕਦਾ ਕਿਉਂਕਿ ਬੰਦਾ ਸੁਸਤ ਜਿਹਾ ਹੋ ਜਾਂਦਾ ਰੋਟੀ ਜ਼ਿਆਦਾ ਖਾ ਕੇ ਰੋਟੀ ਜ਼ਿਆਦਾ ਕਦੀ ਨਹੀਂ ਖਾਣੀ ਚਾਹੀਦੀ ਘੱਟ ਖਾਓ ਨਹੀਂ ਜ਼ਿਆਦਾ ਖਾ ਕੇ ਦੇਖੋ ਬੰਦੇ ਨੂੰ ਸੁਸਤੀ ਨਮੂਸਤੀ ਹੋ ਜਾਂਦੀ ਹੈ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀਆਂ ਠੀਕ ਹੈ ਰੋਟੀ ਹਮੇਸ਼ਾ ਘੱਟ ਖਾਣੀ ਚਾਹੀਦੀ ਹੈ ਪੂਰੀ ਖਾਣੀ ਚਾਹੀਦੀ ਹੈ ਠੀਕ ਹੈ ਅੱਲ੍ਹਾ ਨਬੀ ਸੱਲ ਫਰਮਾਉਂਦੇ ਨੇ ਕਿ ਤੁਸੀਂ ਤੀਸਰਾ ਹਿੱਸਾ ਰੋਟੀ ਖਾਓ ਜਦ ਵੀ ਖਾਣੀ ਹੈ ਇੱਕ ਹਿੱਸਾ ਹਵਾ ਲਈ ਛੱਡੋ ਇੱਕ ਹਿੱਸਾ ਪਾਣੀ ਲਈ ਛੱਡੋ ਤੀਸਰਾ ਹਿੱਸਾ ਫੋਰ ਐਗਜ਼ਾਮਪਲ ਤੁਸੀਂ ਕੋਈ ਬੰਦਾ ਇੱਕ ਤਿੰਨ ਚਪਾਟੀਆਂ ਖਾਂਦੇ ਤਿੰਨ ਰੋਟੀਆਂ ਖਾਂਦੇ ਉਹਨੂੰ ਇੱਕ ਰੋਟੀ ਖਾਣੀ ਚਾਹੀਦੀ ਹੈ ਇੱਕ ਹਿੱਸਾ ਪਾਣੀ ਲਈ ਬਚ ਜਾਏ ਇੱਕ ਹਿੱਸਾ ਹਵਾ ਲਈ ਬਚ ਜਾਏ ਉਹਦੇ 'ਚ ਲਿਮਿਟ ਨਹੀਂ ਹੈ ਵੀ ਕਿ ਤੁਸੀਂ ਦਿਨ ਵਿੱਚ ਕਿਤਨੀ ਵਾਰੀ ਜਦ ਭੁੱਖ ਲੱਗਦੀ ਹੈ ਖਾ ਲਵੋ ਜਿੰਨੇ ਦਿਨ ਵਿੱਚ 5 ਵਾਰੀ ਖਾਓ 2 ਵਾਰੀ ਖਾਓ 6 ਵਾਰੀ ਖਾਓ ਜਦ ਭੁੱਖ ਲੱਗਦੀ ਹੈ ਖਾ ਲਵੋ ਲੇਕਿਨ ਜਦ ਵੀ ਖਾਣੀ ਰੋਟੀ ਲਿਮਿਟ ਨਾਲ ਖਾਓ ਠੀਕ ਹੈ ਕਿਉਂਕਿ ਡਾਈਜੈਸਟ ਕਰਨਾ ਈਜ਼ੀ ਹੁੰਦਾ ਹੈ ਹਜ਼ਮ ਕਰਨਾ ਈਜ਼ੀ ਹੁੰਦਾ ਹੈ ਔਰ ਸੁਸਤੀ ਨਮੂਸਤੀ ਇਹਨਾਂ ਚੀਜ਼ਾਂ ਤੋਂ ਬੰਦਾ ਬਚਿਆ ਰਹਿ ਸਕਦਾ ਠੀਕ ਹੈ ਕਦੇ ਵੀ ਕੋਈ ਬੰਦਾ ਜੇ ਰੋਟੀ ਜ਼ਿਆਦਾ ਖਾਂਦਾ ਤਾਂ ਉਹਨੂੰ ਦੇਖਣਾ ਕਿ ਵਾਸੀਆਂ ਕਿਵੇਂ ਮਾਰਦੇ ਫਿਰ ਖਰਾਟੇ ਵੀ ਕਿਵੇਂ ਮਾਰਦੇ ਹਨਾ ਅੱਜ ਹੋ ਗਿਆ ਅਸੀਂ ਹੈਗੇ ਹਾਂ ਓਬਲੀਗੋ ਦੀ ਲੈਂਥੀ ਲੈਂਥੀ ਹੁੰਦਾ ਨਾ ਲੈਂਜ਼ ਪਾਉਣਾ ਓਬਲੀਗੋਟੋਰੀ ਹੋ ਜਾਂ ਫਿਰ ਓਕਿਆਲੀ ਦੀ ਵਿਜ਼ਤਾ ਜਿਹੜਾ ਇੱਥੇ ਲਿਖਿਆ ਨਹੀਂ ਹੈ ਵੀ ਜਾਂ ਫਿਰ ਜੇ ਤੁਸੀਂ ਓਕਿਆਲੀ ਦੀ ਵਿਜ਼ਤਾ ਹੁੰਦਾ ਨਜ਼ਰ ਵਾਲੀ ਐਨਕਾਂ ਪਾਉਣੀ ਹੈ ਠੀਕ ਹੈ ਜਿਹੜੇ ਡਰਾਈਵਰ ਨੇ ਪਾਉਣੇ ਲਾਜ਼ਮੀ ਹੁੰਦਾ ਨਾ ਉਹਦੇ ਡਰਾਈਵਰ ਅਤੇ ਲਾਇਸੈਂਸ ਦੇ ਉੱਤੇ ਇੱਕ ਸਿਫਰ ਇੱਕ ਲਿਖ ਸਕਦੇ ਨੇ ਸਾਰੀ ਯੂਰੋਪੀਅਨ ਯੂਨੀਅਨ ਵਿੱਚ ਜਾਣਿਆ ਜਾਂਦਾ ਹੈ ਜੇ ਸਿਫਰ ਇੱਕ ਲਿਖਿਆ ਹੋਵੇ ਤਾਂ ਤੁਹਾਡੇ ਓਬਲੀਗੋ ਹੈ ਲੈਂਜ਼ ਜਾਂ ਫਿਰ ਐਨਕਾਂ ਪਾ ਕੇ ਗੱਡੀ ਚਲਾਉਣਾ
ਜੇ ਇਹ ਚੀਜ਼ਾਂ ਨਾ ਹੋਣ ਤੁਹਾਡੇ ਨਾਲ ਤਾਂ ਤੁਹਾਡੇ ਪੰਜ ਪੁੰਤੀਆਂ ਕੱਟ ਸਕਦੇ ਨੇ, ਤੇ ਮੂਲ ਤਾਂ ਸ਼ੁਲਤਾ ਵੱਖਰਾ, ਠੀਕ ਹੈ, ਇਟਲੀ ਦੇ ਵਿੱਚ। ਕਹਿੰਦੇ ਦੌਰਾਨ ਵੀਰਾ ਡਰਾਈਵ ਕਰਨ ਦੇ ਦੌਰਾਨ ਸੀ ਦੇਵਨ ਉਜ਼ਾਰੇ ਲਈ ਓਕਿਆਲੀ ਦਾ ਵੀਸਤਾ, ਸੀ ਦੇਵਨ ਉਜ਼ਾਰੇ ਲਾਜ਼ਮੀ ਪ੍ਰਯੋਗ ਕਰੋ, ਇਸਤੇਮਾਲ ਕਰੋ ਓਕਿਆਲੀ ਦਾ ਵੀਸਤਾ, ਨਜ਼ਰ ਵਾਲੀਆਂ ਅੱਖਾਂ ਐਨਕਾਂ ਦਾ, ਓਲੇ ਲੈਂਤੀ ਜਾਂ ਫਿਰ ਲੈਂਸ ਦਾ ਪ੍ਰਯੋਗ ਕਰੋ, ਆ ਕੋਂਟਾਤੋ ਸੇ ਨੇਲਾ ਪਤੰਤੇ ਸੀ ਤਰੋਵਾ, ਇਸ ਕੋਂਟੈਕਟ ਵਿੱਚ ਜੇ ਤੁਹਾਡੇ ਪਤੰਤ ਮਿਲੇ ਤਰੋਵਾ ਮਿਲਿਆ, ਇੰਡੀਕਾ ਤੇ ਇਸ਼ਾਰਾ ਦੇ ਇੰਡੀਕੇਟ ਕਰਦੇ ਨੇ, ਤਾਲੇ ਓਬਲੀਗੋ, ਜੇ ਤੁਹਾਡੇ ਪਤੰਤ ਲਾਇਸੈਂਸ ਤੇ ਓਬਲੀਗੋ ਹੈ, ਇਹ ਓਬਲੀਗੋ ਹੈ ਵੀ ਨਾ, ਸਿਫਰ ਇੱਕ ਲਿਖਿਆ ਹੋਇਆ, ਅਗਵੀ ਦਾ ਕੋਲ ਲੈਂਸ ਹੀ ਲਿਖਿਆ ਹੋਇਆ, ਤੇ ਫਿਰ ਤੋਂ ਲਾਜ਼ਮੀ ਹੈ ਕਿ ਤੁਸੀਂ ਲੈਂਸ ਜਾਂ ਐਨਕਾਂ ਲਗਾ ਕੇ ਗੱਡੀ ਚਲਾਓ, ਪਰ ਇਸ ਇਸ ਸੇਰੋ ਬਾਹਰ ਚੋਏ ਮਿਦਿਆਂ ਤੇ, ਯਾਨੀ ਕਿ ਬਾਹਰ ਸ਼ਹਿਰ ਦਾ ਪਤੰਦ ਚੋਏ ਮਿਦਿਆਂ ਤੇ ਸਕਰੀ ਤੋਂ, ਯਾਨੀ ਕਿ ਉਦੋਂ ਲਿਖਿਆ ਹੋਵੇਗਾ, ਗਵੀਦਾ ਕੋਨ ਲੈਂਤੀ ਲੈਂਸ ਦੇ ਨਾਲ ਡਰਾਈਵ ਕਰੋ, ਉਹ ਆ ਤ੍ਰਿਵਰਸ ਕੋਦੀ ਚ ਨੁਮਰੀਕ ਹੋ ਜਾਂ ਫਿਰ ਦੂਜੀ ਸਾਈਡ ਦਾ ਇੱਕ ਨੰਬਰ ਵਾਲਾ ਕੋਡ ਲਿਖਿਆ ਹੋਵੇਗਾ ਜਿਹੜਾ ਸਿਫਰ ਇੱਕ ਹੁੰਦਾ ਹੈ, ਜੇ ਤੁਹਾਡੇ ਮੈਨੂੰ ਨਿਜ਼ਾਤ ਹੋ ਜਿਹੜਾ ਫਿਰ ਕੇ ਅਗਵਾ ਲਿਆ ਤੂਤੀ ਲਈ ਪਾਈ ਜਿਦਲਾ ਐਵਰੋਪੀਆ, ਜਿਹੜਾ ਕਿ ਜਿਹੜਾ ਮਨਜ਼ੂਰ ਸ਼ੁਦਾ ਹੈ ਸਾਰੀ ਯੂਰਪੀ ਯੂਨੀਅਨ ਦੀਆਂ ਕੰਟਰੀਆਂ ਵਿੱਚ, ਜਿਹਨੂੰ ਕਹਿੰਦੇ ਸਿਫਰ ਇੱਕ ਦੂਜੀ ਸਾਈਡ ਦਾ ਲਿਖਿਆ ਹੋਣਾ, ਲਾ ਓਬਲੀਗੋ ਵਾਲੇ, ਇਹ ਓਬਲੀਗੋ ਵਾਇਲਡ ਹੈ ਤੂਤੀ ਤੀਪੀ ਦੀ ਸਰਾਦਾ ਸਰਾਦੇ ਸਾਰੇ ਟੈਪਾਂ ਦੀ ਰੋਡ ਦੇ, ਇਹ ਵਾਇਲਡ ਹੈ ਓਬਲੀਗੋ ਹੈ, ਠੀਕ ਹੈ, ਦੀ ਕੁਆਲਿਕ ਵੀ ਔਰ ਆ ਰਹੀ ਕਿਸੇ ਵੀ ਟਾਈਮ ਦੇ ਉੱਤੇ, ਈ ਇਨਡਿਪੈਂਡੈਂਟ ਤੇ ਮੈਨ ਤੇ ਔਰ ਨੀ ਡਿਪੈਂਡ ਕਰਦਾ ਦਿਲਾ ਕੰਡੀਸ਼ਨ ਦੀ ਵਿਜ਼ਿਬਿਲਤਾ, ਔਰ ਵਿਜ਼ਿਬਿਲਤਾ ਦੀ ਕੰਡੀਸ਼ਨ ਤੇ ਵੀ ਡਿਪੈਂਡ ਨਹੀਂ ਕਰਦਾ ਹੈ ਵੀ, ਠੀਕ ਹੈ। ਅੱਗੇ ਆ ਜਾਓ, ਓਬਲੀਗੋ ਦੀ ਸਕੋਰੇਰੇ ਇਫਰੀਤੀ, ਓਬਲੀਗੋ ਲਾਜ਼ਮੀ ਜ਼ਰੂਰੀ ਹੈ ਕਿ ਤੁਸੀਂ ਮਦਦ ਕਰੋ ਇੱਕ ਜ਼ਖਮੀ ਦੀ, ਠੀਕ ਹੈ, ਇਹ ਪੜ੍ਹਾਂਗੇ ਕੱਲ, ਕੀ ਖਿਆਲ ਹੈ, ਕਿਆ ਜੀ ਪੜ੍ਹਨਾ ਜੀ, 300 ਕੱਲ ਪੜ੍ਹਾ ਲਾਂਗੇ, ਠੀਕ ਹੈ ਭਾਬੀ ਜੀ, 345 845 ਨੰਬਰ ਪੇਜ ਹੈ ਜਿਹੜਾ ਅਸੀਂ ਪੜ੍ਹਾਂਗੇ ਕੱਲ, ਅਤੇ ਬਾਕੀ ਰਿਵੀਜ਼ਨ ਕਰਕੇ ਗਲਤੀਆਂ ਨਾਲ ਦੇਣਾ ਭੇਜਣਾ, ਕਿੰਨੇ ਕਿੰਨੇ ਸਕੇਦੇ ਕੀਤੇ ਮੈਨੂੰ ਦੱਸ ਦਿਓ, ਸ਼ਾਬਾਸ਼, ਕੋਈ ਦੱਸਣਾ ਚਾਹੁੰਦਾ, ਸ਼ਾਬਾਸ਼ ਭਾਬੀ ਜੀ, ਬਹੁਤ ਥੋੜ੍ਹੇ ਕੀਤੇ, ਕੋਈ ਪਾਸ ਵੀ ਹੋਇਆ, ਤਿੰਨ ਪਾਸ ਹੋਏ, ਸ਼ਾਬਾਸ਼ ਭਾਬੀ ਜੀ, ਬਹੁਤ ਥੋੜ੍ਹੇ ਪਾਸ ਹੋਏ, ਬਹੁਤ ਹੀ ਥੋੜ੍ਹੇ ਪਾਸ, ਇੱਕ ਤੁਸੀਂ ਕੀਤੇ ਥੋੜ੍ਹੇ ਸਨ, ਉਹਦੇ ਵਿੱਚ ਹੋਰ ਥੋੜ੍ਹੇ ਪਾਸ ਹੋਏ, ਸ਼ਾਬਾਸ਼, ਕੱਲ੍ਹ ਕਰਨਾ, ਠੀਕ ਹੈ, ਜ਼ਿਆਦਾ ਹੋਰ ਜ਼ਬਰਦਸਤ, ਦੱਸ ਤੁਸੀਂ ਭਾਬੀ ਰਵਾਤ ਵਾਲੇ ਕਿੰਨੇ ਕੀਤੇ ਸੀ, 25 ਕੀਤੇ ਭਾਬੀ ਜੀ, ਕਲੈਪਿੰਗ ਹੋ ਗਈ, ਸ਼ਾਬਾਸ਼, ਬਹੁਤ ਵਧੀਆ, ਬਰਾਵਾ, 25 ਕਿਤੇ ਕੀਤੇ, ਬਰਾਵਾ, ਤੂੰ ਪਾਸ ਵੀ ਹੋਏ, 19 ਪਾਸ ਹੋਏ, ਸ਼ਾਬਾਸ਼ ਭਾਬੀ ਜੀ, ਥੋੜੀਆਂ ਕਲੈਪਿੰਗ ਹੋ ਗਈ ਹੈ ਕਿਉਂਕਿ ਇੱਥੇ ਸਾਡੇ ਪਾਸ ਹੋਣੇ ਚਾਹੀਦੇ ਸੀ, ਠੀਕ ਹੈ, ਕਮ ਸੇ ਕਮ 24 ਤੇ ਪਾਸ ਕਰਿਆ ਕਰੋ, 25 ਚੋਂ ਕੋਈ ਗੱਲ ਨਹੀਂ, ਤੁਹਾਡਾ ਇੱਕ ਜਿਹੜਾ ਚਾਰ ਵਾਲਾ ਵੀ ਸਮਝੋ ਫੇਲ ਹੀ ਹੈ ਤੁਹਾਡਾ, ਤੁਹਾਡੀ 3-2 ਗਲਤੀਆਂ ਹੋਣ, ਠੀਕ ਹੈ, ਜਾਂ ਇੱਕ 10 ਕਿਹਦੇ ਕੀਤੇ ਸਾਰੇ ਪਾਸ ਹੋਏ, ਕੌਣ ਪਾਸ ਹੋਇਆ ਸਾਰੇ, ਕਾਸਿਮ ਭਾਈ ਜੀ, ਬਰਾਵੋ ਬਰਾਵੋ ਬਰਾਵੋ, ਵੈਲਡਨ ਵੈਲਡਨ, ਬਹੁਤ ਵਧੀਆ, ਬਹੁਤ ਖੂਬ, ਸ਼ਾਬਾਸ਼, ਆਪਣਾ ਅਬਾਸ ਅਲੀ, ਅਦੀਲ ਅਬਾਸ, ਸੋਰੀ, ਕਿੰਨੇ ਪਾਸ ਹੋਏ ਤੁਹਾਡੇ, ਕਿੰਨੇ ਪਾਸ ਹੋਏ, ਅਦੀਲ ਅਬਾਸ ਤੁਹਾਡੇ ਪਾਸ ਕਿੰਨੇ ਹੋਏ, ਤੁਹਾਡੇ 8 ਪਾਸ ਹੋਏ, 10 ਕਿਉਂ ਨਹੀਂ ਪਾਸ ਹੋਏ, ਕੱਲ 10 ਪਾਸ ਹੋਣ ਸਾਰੇ, ਠੀਕ ਹੈ, ਜ਼ਿਆਦਾ ਕਰਨਾ ਕਰੋ, ਤੁਸੀਂ ਵਿਹਲੇ ਹੋ, 20 ਕਰਾ ਕਰੋ, ਕੋਸ਼ਿਸ਼ ਕਰੋ, ਠੀਕ ਹੈ, ਭਾਬੀ ਦੀ 25-25 ਕਰ ਦਿੰਦੇ, ਠੀਕ ਹੈ, ਬਰਾਬ, ਚਲੋ ਕੰਮ ਕਰਦੇ ਫਿਰ 10 ਬਹੁਤ ਨੇ, ਠੀਕ ਹੈ, ਆਪਣਾ ਤਿਆਰੀ ਕਰ, ਅੱਛਾ ਅੱਛਾ, ਠੀਕ ਹੈ ਠੀਕ ਹੈ, ਚਲੋ ਫਿਰ ਠੀਕ ਹੈ, 10 ਬਹੁਤ ਨੇ, ਠੀਕ ਹੈ, ਕੋਸ਼ਿਸ਼ ਕਰੋ ਕਿਤੇ ਮੈਕਸੀਮਮ ਹੋਣ, ਇਹਨਾਂ ਨਾਲ ਬਹੁਤ ਫਰਕ ਪੈਣਾ, ਠੀਕ ਹੈ, ਨੈਕਸਟ ਹੋਰ, ਹੈਪੀ ਕਿੰਨੇ ਕਿੰਨੇ ਕੀਤੇ, ਸਾਰੇ ਦੇ ਰਿਵੀਜ਼ਨ ਕਰ ਛੱਡੀ, ਕਿਹੜੇ ਦੀ ਕੀਤੇ ਹੋਣੇ ਰਿਵੀਜ਼ਨ, 22 ਨੰਬਰ ਦੀ ਰਿਵੀਜ਼ਨ ਕਰ ਛੱਡੀ, ਉਹ ਯਾਰ ਜਿੱਦਾਂ ਅਜੇ ਤਾਂ ਅਸੀਂ ਪੜ੍ਹਦੇ ਸੀ ਵੇ, ਜ਼ਬਰਦਸਤ ਜ਼ਬਰਦਸਤ, ਸ਼ਾਬਾਸ਼ ਤੇ ਭਾਬੀ ਜੀ, ਰੋਮਾ ਵਾਲੇ, ਸ਼ਾਬਾਸ਼ ਸ਼ਾਬਾਸ਼, ਸਾਰੇ ਪਾਸ ਹੋਏ ਸੀ, ਹੈਪੀ ਤੇਰੇ ਤੇ, ਬਰਾਵੋ ਬਰਾਵੋ ਬਰਾਵੋ, ਤੂੰ ਇਗਜ਼ਾਮ ਦੇ ਦੇ ਯਾਰ, ਤੂੰ ਤਾਂ ਇਗਜ਼ਾਮ ਦੇ ਦੇ, ਆਪਣਾ ਕਾਸਿਮ ਬਾਈ ਤੁਸੀਂ ਵੀ ਇਗਜ਼ਾਮ ਦਿਓ, ਆਪਣਾ ਹੋਰ ਕੋਈ ਹੈ ਵੇ,